ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੱਕ ਸਵਾਲ ਅਕਸਰ ਹੀ ਆਪਣੇ ਦਿਮਾਗ ਦੇ ਵਿੱਚ ਰਹਿੰਦਾ ਨਾ ਕਿ ਜਦੋਂ ਕੁਛ ਸ਼ੁਰੂ ਕਰਦੇ ਹਾਂ ਤਾਂ ਆਪਾਂ ਨੂੰ ਡਰ ਕਿਉਂ ਲੱਗਦਾ, ਹੈ ਨਾ? ਕਿਉਂਕਿ ਫੇਲ ਹੋਣ ਦਾ ਡਰ ਸਾਰਿਆਂ ਨੂੰ ਹੀ ਹੁੰਦਾ, ਤਾਂ ਇਹ ਡਰ ਆਪਣੇ ਅੰਦਰ ਕਿਉਂ ਹੁੰਦਾ? ਇਹਦੀਆਂ ਦੋ ਵਜ੍ਹਾ ਹੁੰਦੀਆਂ ਨੇ। ਪਹਿਲੀ ਵਜ੍ਹਾ ਕਿ ਆਪਾਂ ਨੂੰ ਪਤਾ ਨਹੀਂ ਹੁੰਦਾ ਕਿ ਜਿਹੜਾ ਆਪਣਾ ਗੋਲ ਆ ਉਹ ਕਿੰਨਾ ਕੁ ਸਪੈਸੀਫਿਕ ਆ, ਮਤਲਬ ਕਲੀਅਰ ਨਹੀਂ ਹੁੰਦਾ ਆਪਣਾ ਗੋਲ, ਅਤੇ ਕਦੇ ਕਦੇ ਆਪਣੇ ਅੰਦਰ ਇੰਨੀ ਡਿਟਰਮੀਨੇਸ਼ਨ ਨਹੀਂ ਹੁੰਦੀ, ਆਪਣੇ ਅੰਦਰ ਇੰਨੀ ਉਸ ਚੀਜ਼ ਨੂੰ ਪਾਉਣ ਦੀ ਭੁੱਖ ਨਹੀਂ ਹੁੰਦੀ ਕਿ ਆਪਾਂ ਉਸ ਨੂੰ ਪਾ ਲਈਏ। ਇੱਦਾਂ ਦੀ ਤੁਸੀਂ ਇੱਕ ਕਹਾਣੀ ਸੁਣੀ ਹੋਊਗੀ ਸੁਕਰਾਤ ਅਤੇ ਇੱਕ ਬੰਦੇ ਦੀ। ਸੁਕਰਾਤ ਨੂੰ ਇੱਕ ਬੰਦੇ ਨੇ ਕਿਹਾ ਕਿ ਮੈਂ ਕਾਮਯਾਬ ਹੋਣਾ ਚਾਹੁੰਦਾ ਅਤੇ ਮੇਰੇ ਅੰਦਰ ਕੀ ਹੋਣਾ ਚਾਹੀਦਾ ਜੋ ਮੈਂ ਕਾਮਯਾਬ ਹੋ ਜਾਵਾਂ। ਸੁਕਰਾਤ ਨੇ ਉਸ ਬੰਦੇ ਨੂੰ ਦੂਸਰੇ ਦਿਨ ਨਦੀ ਦੇ ਕੋਲੇ ਆਉਣ ਲਈ ਕਿਹਾ। ਉਹ ਬੰਦਾ ਦੂਸਰੇ ਦਿਨ ਨਦੀ ਦੇ ਕੋਲੇ ਗਿਆ ਅਤੇ ਸੁਕਰਾਤ ਉਸਦਾ ਹੱਥ ਫੜ ਕੇ ਉਸਨੂੰ ਨਦੀ ਦੇ ਵਿੱਚ ਲੈ ਗਿਆ, ਅਤੇ ਜਦ ਨਦੀ ਦੇ ਵਿੱਚ ਲੈ ਗਿਆ ਤਾਂ ਉਸਨੇ ਉਸਦਾ ਸਿਰ ਫੜ ਕੇ ਪਾਣੀ ਦੇ ਵਿੱਚ ਡੁਬਾਉਣਾ ਸ਼ੁਰੂ ਕਰ ਦਿੱਤਾ। ਪਾਣੀ ਦੇ ਵਿੱਚ ਉਹ ਉਨਾ ਟਾਈਮ ਡੁਬਾਉਂਦਾ ਰਿਹਾ ਜਿੰਨਾ ਟਾਈਮ ਉਹ ਪੂਰੇ ਹੱਥ ਪੈਰ ਮਾਰਨ ਲੱਗ ਗਿਆ। ਉਸ ਤੋਂ ਬਾਅਦ ਜਦੋਂ ਉਹਨੂੰ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਉਹ ਸੁਕਰਾਤ ਨੂੰ ਕਹਿੰਦਾ ਤੈਂ ਤਾਂ ਮੈਨੂੰ ਮਾਰ ਹੀ ਦੇਣਾ। ਸੁਕਰਾਤ ਕਹਿੰਦਾ ਮੈਨੂੰ ਇੱਕ ਗੱਲ ਦੱਸ, ਪਾਣੀ ਦੇ ਅੰਦਰ ਜਦੋਂ ਤੂੰ ਸੀਗਾ ਸਾਰੇ ਨਾਲੋਂ ਜ਼ਰੂਰੀ ਤੇਰੇ ਲਈ ਕੀ ਚੀਜ਼ ਸੀ? ਉਹ ਕਹਿੰਦਾ ਸਾਹ ਲੈਣਾ। ਸੋ ਕਹਿੰਦਾ ਇੱਦਾਂ ਦੀ ਉਹ ਚੀਜ਼ ਦੀ ਤੈਨੂੰ ਜ਼ਰੂਰਤ ਆ ਜਿੱਦਾਂ ਤੈਨੂੰ ਪਾਣੀ ਦੇ ਵਿੱਚ ਸਾਹ ਲੈਣ ਦੀ ਜ਼ਰੂਰਤ ਸੀ, ਇਹੋ ਜਿਹੀ ਅੱਗ ਤੇਰੇ ਅੰਦਰ ਹੋਣੀ ਚਾਹੀਦੀ ਆ ਕਿ ਤੇਰੇ ਅੰਦਰ ਇੰਨੀ ਭੁੱਖ ਜ਼ਰੂਰ ਹੋਵੇ ਕਿ ਤੂੰ ਉਸ ਸੁਪਨੇ ਨੂੰ ਪਾਲਵੇ। ਅੱਗ ਹੋਣੀ ਚਾਹੀਦੀ ਆ ਸੁਪਨੇ ਦੇ ਲਈ, ਤੁਹਾਡੇ ਅੰਦਰ ਇੱਕ ਡਿਟਰਮੀਨੇਸ਼ਨ ਚਾਹੀਦੀ ਆ। ਇੱਦਾਂ ਤਾਂ ਹਰ ਇੱਕ ਬੰਦਾ ਕਹਿ ਦਿੰਦਾ ਕਿ ਮੈਂ ਆਹ ਬਣਨਾ, ਮੈਂ ਆਹ ਪਾਉਣਾ, ਮੈਂ ਆਹ ਕਰਨਾ, ਪਰ ਤੁਸੀਂ ਉਸ ਚੀਜ਼ ਦੇ ਪਿੱਛੇ ਕਿੰਨੀ ਮਿਹਨਤ ਕਰਦੇ ਹੋ ਇਹ ਤੁਹਾਡੇ 'ਤੇ ਡਿਪੈਂਡ ਆ, ਇਹ ਕਿਸੇ ਹੋਰ 'ਤੇ ਡਿਪੈਂਡ ਨਹੀਂ। ਦੂਜੀ ਗੱਲ ਕਿ ਤੁਸੀਂ ਕਿੰਨਾ ਕੁ ਰਿਸਕ ਲੈਣ ਲਈ ਤਿਆਰ ਹੋ, ਇਹ ਰਿਸਕ ਲੈਣਾ ਬਹੁਤ ਜ਼ਰੂਰੀ ਹੁੰਦਾ। ਜੇ ਤੁਹਾਡੇ ਅੰਦਰ ਇੱਕ ਡਰ ਹੋਊਗਾ ਨਾ ਤੁਸੀਂ ਕਦੇ ਅੱਗੇ ਨਹੀਂ ਵੱਧ ਸਕਦੇ। ਰਿਸਕ ਤਾਂ ਲੈਣਾ ਪੈਣਾ ਕਿਉਂਕਿ ਰਿਸਕ ਲੈਣ ਨਾਲ ਹੀ ਤੁਸੀਂ ਅੱਗੇ ਵਧੋਗੇ। ਦੁਨੀਆ ਦੇ ਕਈ ਵੱਡੇ ਲੋਕ ਨੇ ਜਿਨ੍ਹਾਂ ਨੇ ਰਿਸਕ ਦੇ ਸਿਰ 'ਤੇ ਹੀ ਐਡਾ ਕੁਛ ਕੀਤਾ। ਐਲਨ ਮਸਕ ਜਿਹਦਾ ਤੁਸੀਂ ਅੱਜ ਕੱਲ੍ਹ ਨਾਂ ਸੁਣਦੇ ਹੋ, ਉਹਨੇ ਵੀ ਇੱਕ ਰਿਸਕ ਦੇ ਸਿਰ 'ਤੇ ਆਪਣਾ ਸਾਰਾ ਕੁਛ ਦਾਅ 'ਤੇ ਲਾ ਕੇ ਇੱਕ ਇੱਦਾਂ ਦੀ ਕੰਪਨੀ ਖੜੀ ਕੀਤੀ ਜਿਸ ਨੇ ਉਸ ਨੂੰ ਇਸ ਟਾਈਮ ਟੌਪ 'ਤੇ ਪਹੁੰਚਾਇਆ। ਇੱਦਾਂ ਦੀਆਂ ਹੋਰ ਕਈ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਆਪਦਾ ਨਾਮ ਇੱਕ ਰਿਸਕ ਦੇ ਸਿਰ 'ਤੇ ਬਣਾਇਆ। ਸੋ ਇੱਕ ਵਾਰ ਰਿਸਕ ਲੈ ਕੇ ਦੇਖੋ ਜੀ, ਤੁਸੀਂ ਕੁਛ ਵੀ ਕਰ ਸਕਦੇ ਹੋ, ਤੁਸੀਂ ਸਾਰੇ ਕਾਸੇ ਦੇ ਕੇਪੇਬਲ ਹੋ, ਤੁਹਾਡੇ ਅੰਦਰ ਇੰਨੀ ਕੁ ਤਾਕਤ ਹੈਗੀ ਆ ਕਿ ਤੁਸੀਂ ਸਾਰੀਆਂ ਚੀਜ਼ਾਂ ਨੂੰ ਪਾ ਸਕਦੇ। ਅਗਲੀ ਵੀਡੀਓ ਕਿਹੜੇ ਸਵਾਲ 'ਤੇ ਬਣਾਈ ਜਾਵੇ ਸਾਰੇ ਜਣੇ ਕਮੈਂਟ ਕਰਕੇ ਸਵਾਲ ਜ਼ਰੂਰ ਦੱਸਿਓ। ਜਿਹੜੇ ਸਵਾਲ ਦੇ ਉੱਤੇ ਜਿਹੜੇ ਕਮੈਂਟ ਦੇ ਉੱਤੇ ਸਾਰਿਆਂ ਨਾਲੋਂ ਵੱਧ ਲਾਈਕ ਆਏ ਹੋਣਗੇ ਆਪਾਂ ਉਹਦੇ 'ਤੇ ਵੀਡੀਓ ਬਣਾਵਾਂਗੇ। ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਇੰਸਟਾਗ੍ਰਾਮ 'ਤੇ ਕਰ ਲਿਓ ਫੋਲੋ। ਥੈਂਕ ਯੂ ਸੋ ਮਚ।